रेडी स्टार्ट। नवें जमाने दे दौर दे युग विच अलोप हो गईयां सत्थां दी थां कलबा ने लै लई है डंडी। कदे अलोप हो गईयां सत्थां दे बजुर्ग रौनक होया करदे सन जिन्हां तों सानू सियाणप दी गल सिखण नूं मिलदी। हुण ਉਹ ਵੀ ਜ਼ਮਾਨੇ ਨਾਲ ਬਦਲਣ ਲਈ ਮਜਬੂਰ ਹੋ ਗਏ ਹਨ ਅਤੇ ਇਹਨਾਂ ਬਜ਼ੁਰਗਾਂ ਨੂੰ ਵੀ ਘਰਾਂ ਦੀਆਂ ਕੰਧਾਂ ਨੇ ਕੈਦ ਕਰ ਲਿਆ ਹੈ ਡੰਡੀ। ਬਸ ਹੁਣ ਤਾਂ ਬਜ਼ੁਰਗ ਘਰਾਂ ਅਤੇ ਬੱਚਿਆਂ ਦੇ ਪਹਿਰੇਦਾਰ ਬਣ ਕੇ ਰਹਿ ਗਏ ਹਨ ਡੰਡੀ। ਪਿੰਡਾਂ ਦੀਆਂ ਸੱਥਾਂ ਵਿੱਚ ਜਿੱਥੇ ਲੋਕ ਇਕੱਠੇ ਹੋ ਕੇ ਮਹਿਫਲਾਂ ਲਾ ਸਾਰਾ ਦਿਨ ਕਿਸੇ ਨਾ ਕਿਸੇ ਵਿਸ਼ੇ 'ਤੇ ਵਿਚਾਰ ਚਰਚਾ ਕਰਦੇ ਸਨ, ਉੱਥੇ ਹੀ ਉਹਨਾਂ ਲਈ ਮਨੋਰੰਜਨ ਦਾ ਸਾਧਨ ਹੋਇਆ ਕਰਦੀਆਂ ਸਨ ਡੰਡੀ। ਸੱਥਾਂ ਪੁਰਾਣੇ ਸੱਭਿਆਚਾਰ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਹੁੰਦੀਆਂ ਸਨ ਅਤੇ ਨਵੀਂ ਪੀੜ੍ਹੀ ਨੂੰ ਇੱਕੋ ਥਾਂ 'ਤੇ ਇਕੱਠੇ ਰੱਖਣ ਦਾ ਜ਼ਰੀਆ ਵੀ ਬਣਦੀਆਂ ਸਨ ਡੰਡੀ। ਉਹਨਾਂ ਸਮਿਆਂ ਵਿੱਚ ਜ਼ਿਆਦਾ ਤਰ੍ਹਾਂ ਸੱਥਾਂ ਛੱਪੜ ਕਿਨਾਰੇ ਲੱਗੇ ਪਿੱਪਲ ਬੋਹੜ ਥੱਲੇ ਹੋਇਆ ਕਰਦੀਆਂ ਜਾਂ ਪਿੰਡਾਂ ਦੇ ਵਿਚਕਾਰ ਹੁੰਦੀਆਂ ਸਨ, ਜਿੱਥੇ ਲੋਕਾਂ ਨੂੰ ਆਪਣੀ ਸਾਂਝ ਵਧਾਉਣ ਦੇ ਮੌਕੇ ਮਿਲਦੇ ਸਨ ਡੰਡੀ। ਪਿੰਡਾਂ ਦੇ ਸਰਬ ਸਾਂਝੇ ਫੈਸਲੇ ਵੀ ਇਹਨਾਂ ਸੱਥਾਂ ਵਿੱਚ ਹੋਇਆ ਕਰਦੇ ਸਨ ਡੰਡੀ। ਬਜ਼ੁਰਗ ਇਕੱਠੇ ਹੋ ਕੇ ਤਾਸ਼ ਖੇਡ ਕੇ ਆਪਣਾ ਮਨੋਰੰਜਨ ਕਰਦੇ ਸਨ ਡੰਡੀ। ਉਸ ਸਮੇਂ ਇਲਾਕੇ ਵਿੱਚ ਵਾਪਰੀ ਹਰ ਘਟਨਾ ਜਾਂ ਹੋਰ ਕਿਸੇ ਕਿਸਮ ਦੀ ਹਰ ਇੱਕ ਜਾਣਕਾਰੀ ਦਾ ਸਰੋਤ ਸਨ ਅਤੇ ਦੁਨੀਆ ਭਰ ਦੀਆਂ ਗੱਲਾਂ ਚੱਲਦੀਆਂ ਇਹਨਾਂ ਸੱਥਾਂ 'ਤੇ ਡੰਡੀ। ਬ੍ਰੇਕ। ਹਾਂਜੀ ਰੈਡੀ ਪੈਰਾ ਸਟਾਰਟ। ਉਹਨਾਂ ਸਮਿਆਂ ਵਿੱਚ ਟੈਲੀਵਿਜ਼ਨ ਜਾਂ ਟੈਲੀਫੋਨ ਨਾ ਹੋਣ ਕਾਰਨ ਜ਼ਿਆਦਾ ਜਾਣਕਾਰੀ ਸੱਥ ਵਿੱਚੋਂ ਹੀ ਉਪਲਬਧ ਹੁੰਦੀ ਡੰਡੀ। ਇਹ ਅਜਿਹੀ ਥਾਂ ਹੁੰਦੀ ਸੀ ਜਿੱਥੇ ਹਰ ਕੋਈ ਆਪਣੇ ਮਨ ਦੀਆਂ ਖੁੱਲ੍ਹ ਕੇ ਗੱਲਾਂ ਕਰਦਾ ਅਤੇ ਖੁੱਲ੍ਹ ਕੇ ਹਾਸਾ ਠੱਠਾ ਹੁੰਦਾ ਡੰਡੀ। ਉਸ ਵੇਲੇ ਸੱਥਾਂ ਵਿੱਚ ਬੈਠੇ ਬਜ਼ੁਰਗ CCTV ਕੈਮਰੇ ਦਾ ਕੰਮ ਕਰਦੇ ਸਨ ਅਤੇ ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖਦੇ ਸਨ ਡੰਡੀ। ਬਜ਼ੁਰਗਾਂ ਵੱਲੋਂ ਨੌਜਵਾਨਾਂ ਨੂੰ ਆਪਣੀ ਹੰਢਾਈ ਹੋਈ ਉਮਰ ਦੇ ਤਜਰਬੇ ਸਾਂਝੇ ਕਰਨ ਕਰਕੇ ਸੱਥਾਂ ਗਿਆਨ ਦਾ ਸਰੋਤ ਵੀ ਬਣਦੀਆਂ ਡੰਡੀ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਝਗੜਿਆਂ ਦੇ ਕੀਤੇ ਜਾਂਦੇ ਫੈਸਲੇ ਸੱਥਾਂ ਵਿੱਚ ਹੀ ਨਿਬੇੜੇ ਜਾਂਦੇ ਸਨ ਡੰਡੀ। ਇਸ ਕਰਕੇ ਕਈ ਪਿੰਡਾਂ ਦੀਆਂ ਸੱਥਾਂ ਨੂੰ ਅਦਾਲਤ ਜਾਂ ਸੁਪਰੀਮ ਕੋਰਟ ਕਿਹਾ ਜਾਂਦਾ ਸੀ ਡੰਡੀ। ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਦੀ ਸੱਥ 'ਤੇ ਅੱਜ ਵੀ ਹਾਈ ਕੋਰਟ ਵਾਲਾ ਨਾਂ ਉੱਕਰਿਆ ਹੋਇਆ ਹੈ ਡੰਡੀ। ਇਹ ਅਮੀਰੀ ਗਰੀਬੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀਆਂ ਸਨ ਡੰਡੀ।
ਸੱਥਾਂ ਕੋਲ ਬੋਹੜ ਪਿੱਪਲ ਆਦਿ ਹੋਰ ਦਰਖਤ ਹੋਣ ਕਾਰਨ ਵਾਤਾਵਰਨ ਵੀ ਸ਼ੁੱਧ ਰਹਿੰਦਾ ਸੀ। ਪਰ ਹੁਣ ਨਾ ਹੀ ਉਹ ਸੱਥਾਂ ਹਨ ਅਤੇ ਨਾ ਹੀ ਉਹ ਪਿੱਪਲ ਬੋਹੜ ਅਤੇ ਨਾ ਹੀ ਉਹ ਬਜ਼ੁਰਗ ਡੰਡੀ ਸ਼ਹਿਰੀ ਜੀਵਨ ਦੇ ਮੁਕਾਬਲੇ ਪਿੰਡਾਂ ਵਿੱਚ ਬਣੀਆਂ ਸੱਥਾਂ ਅਹਿਮ ਰੋਲ ਅਦਾ ਕਰਦੀਆਂ ਸਨ। ਡੰਡੀ ਸਟੋਪ।